ਦੋਸਤੋ ਅਕਸਰ ਹੀ ਲੋਗ ਕੁੱਤਿਆਂ ਨੂੰ ਆਪਣੇ ਘਰ ਪਾਲਦੇ ਨੇ ਤਾਂ ਬੜਾ ਫਾਇਦਾ ਲੈਂਦੇ ਨੇ ਕਈ ਉਹਨਾਂ ਦੇ ਬੱਚੇ ਵੇਚਦੇ ਨੇ ਕਈ ਫਾਈਟਰ ਕੁੱਤੇ ਰੱਖ ਲੈਂਦੇ ਨੇ ਉਹਨੂੰ ਕੋ ਫਾਈਟ ਕਰਾਉਂਦੇ ਨੇ ਬੜੇ ਬੜੇ ਪੈਸੇ ਜਿੱਤਦੇ ਨੇ ਤਾਂ ਜ਼ਿਆਦਾਤਰ ਇਸ ਤਰ੍ਹਾਂ ਸੁਣਨ ਵਿੱਚ ਵੀ ਆਉਂਦਾ ਕਿ ਜਦੋਂ ਕੁੱਤਾ ਕਿਸੇ ਕੰਮ ਦਾ ਨਾ ਰਹਿ ਜਾਏ ਤਾਂ ਉਹਨੂੰ ਫਿਰ ਸੜਕਾਂ ਉੱਤੇ ਛੱਡ ਦਿੰਦੇ ਨੇ ਰੁੱਲਣ ਵਾਸਤੇ ਤਾਂ ਇਸ ਤਰ੍ਹਾਂ ਦੀ ਇੱਕ ਕੁੱਤੇ ਦੀ ਕਹਾਣੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਤਾਂ ਉਸ ਮੈਡਮ ਦੇ ਨਾਲ ਵੀ ਗੱਲਬਾਤ ਕਰਾਂਗੇ ਨੀਦੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਇਸ ਅ ਡੌਗ ਨੂੰ ਆਪਣੇ ਕੋਲ ਰੱਖਿਆ ਤਾਂ ਇਸ ਡੌਗ ਦੀ ਕਹਾਣੀ ਕੀ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਪਹੁੰਚਿਆ ਇਹ ਬੜੀ ਦਿਲਚਸਪ ਕਹਾਣੀ ਹੈ ਤਾਂ ਉਹ ਅਸੀਂ ਗੱਲਬਾਤ ਕਰਕੇ ਜਾਣਦਿਆਂ ਤੇ ਨਾਲ ਤੁਹਾਡੇ ਨਾਲ ਵੀ ਗੱਲਾਂ ਕੁਝ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਵਿੱਚ ਤਾਂ ਇਹ ਡੌਗ ਜਿਹੜਾ ਤੁਹਾਡੇ ਕੋਲ ਕਿਸ ਤਰ੍ਹਾਂ ਤੇ ਕਿੰਜ ਮਿਲਿਆ ਅ ਇਹ ਡੌਗ ਸੜਕ ਦੇ ਉੱਪਰ ਭਟਕ ਰਿਹਾ ਸੀ ਬਿਲਕੁਲ ਬੇਹੋਸ਼ ਹੀ ਸੀਗਾ ਜਦੋਂ ਅਸੀਂ ਇਹਨੂੰ ਰੈਸਕਿਊ ਕੀਤਾ ਤੇ ਇਹ ਜਿਹੜੀ ਇੱਕ ਇਹਦੀ ਪੋਸਟ ਬੜੀ ਵਾਇਰਲ ਹੋ ਗਈ ਸੀ ਥਰੋਅਆਊਟ ਵਰਲਡ ਕੋ ਕਿ ਲਾਈਕ ਕਾਫੀ ਕੰਟਰੀਸ ਤੋਂ ਸਾਨੂੰ ਅਪਰੋਚ ਕਰਨੇ ਸ਼ੁਰੂ ਹੋ ਗਏ ਸੀ ਲੋਕ ਕਿ ਇਹ ਡੌਗ ਕਿੱਥੋਂ ਦਾ ਹੈ ਕਿਉਂ ਇੰਨਾ ਸੜਕ ਤੇ ਮਤਲਬ ਕਿਸ ਤਰ੍ਹਾਂ ਸਰਵਾਈਵ ਕਰ ਰਿਹਾ ਹੈ ਕੀ ਹੋਇਆ ਇਹਦੇ ਨਾਲ ਤੇ ਇਸ ਤਰ੍ਹਾਂ ਹੈ ਕਿ ਇਹ ਡੌਗ ਹੈ ਨਾ ਜਿਹੜਾ ਇਹ ਲਾਈਕ ਪਾਕਿਸਤਾਨੀ ਬੁਲੀ ਬਰੀਡ ਨੂੰ ਕਿਹਾ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਹ ਡੌਗ ਬੜਾ ਮਤਲਬ ਫਾਈਟਰ ਡੌਗ ਹੈ ਜਾਂ ਬੜਾ ਡੇਂਜਰਸ ਡੌਗ ਹੈ ਜਿੱਦਾਂ ਲੋਕ ਕਹਿੰਦੇ ਆ ਜਦਕਿ ਇਹ ਸਭ ਉਲਟ ਹੈ ਇਹ ਬਹੁਤ ਹੀ ਪਿਆਰਾ ਬੱਚਾ ਹੈ ਇਹ ਇਹ ਸਾਨੂੰ ਲਾਈਕ ਇਹਦੀ ਸਟੋਰੀ ਇਸ ਤਰ੍ਹਾਂ ਕਿ ਇਹਨੂੰ ਕਿਸੇ ਨੇ ਪਹਿਲੇ ਫਾਈਟ ਲਈ ਯੂਜ਼ ਕੀਤਾ ਹੋਵੇਗਾ ਬਰੀਡਿੰਗ ਲਈ ਜਾਂ ਫਾਈਟਿੰਗ ਲਈ ਕਿਉਂਕਿ ਇਹਦੀ ਹਾਲਤ ਬੜੀ ਖਰਾਬ ਸੀ ਤਾਂ ਕੰਨ ਸਾਰਾ ਗਲਿਆ ਪਿਆ ਸੀ ਇਹਦੇ ਪੈਰ ਦੇ ਵਿੱਚ ਤਾਂ ਨੋ ਸਾਰਾ ਲਟਕਿਆ ਪਿਆ ਸੀ ਇੰਨੀ ਕਿ ਪੇਨ ਚ ਸੀ ਨਾ ਤੇ ਉਹ ਮਤਲਬ ਟੁੱਟ ਹੀ ਗਿਆ ਸੀ ਤੇ ਇੰਨਾ ਬੁਰਾ ਹਾਲ ਸੀ ਇਹਦਾ ਅੱਖਾਂ ਚੋਂ ਦੀ ਪਾਣੀ ਆਂਦਾ ਸੀ ਪੂਰੀ ਸਕਿਨ ਰੈੱਡ ਹੋਈ ਪਈ ਸੀ ਇਹਦੀ ਬਹੁਤ ਹੀ ਦਰਦਨਾਕ ਇਹਦੀ ਹਾਲਤ ਸੀਗੀ ਤੇ ਜਦੋਂ ਮੇਰੇ ਕੋਲ ਆਈ ਸੀ ਇਵਨ ਇਹਦੇ ਥਨਾ ਚੋਂ ਦੁੱਧ ਵੀ ਆ ਰਿਆ ਸੀਗਾ ਇਹਦੇ ਜਿਹੜੇ ਨਿਪਲ ਸੀਗੇ ਦੁੱਧ ਸੀਗਾ ਪਰਿਆ ਹੋਇਆ ਤੇ ਲੇਕਿਨ ਮੈਨੂੰ ਬੜਾ ਅਫਸੋਸ ਹੋਇਆ ਔਰ ਬਾਅਦ ਚ ਸਾਨੂੰ ਪਤਾ ਲੱਗਿਆ ਸੀ ਕਿ 20-25 ਦਿਨ ਹੀ ਹੋਏ ਸੀ ਇਸ ਇਸ ਵਿਚਾਰੇ ਦੇ ਇਹਦੇ ਬੱਚੇ ਹੋਏ ਨੂੰ ਤੇ ਉਹਦੇ ਬੱਚਿਆਂ ਨੂੰ ਸੈਪਰੇਟ ਕਰ ਦਿੱਤਾ ਗਿਆ ਤੋ ਕੋਈ ਲੈ ਗਿਆ ਵੇਚ ਦਿੱਤਾ ਵੀ ਡੋਨਟ نو ਤੇ ਇਹ ਵਿਚਾਰੀ ਫਿਰ ਮੇਰੇ ਕੋਲ ਆਈ ਬੜੀ ਹੀ इमोਸ਼ਨਲੀ ਡਾਊਨ ਸੀ ਉਸ ਟਾਈਮ ਤੇ ਜਿੱਦਾਂ ਅਸੀਂ ਦੇਖੋ ਜਿਸ ਤਰ੍ਹਾਂ ਅਸੀਂ ਹਿਊਮਨਸ ਹਾਂ ਅਸੀਂ ਫੀਲ ਕਰਦੇ ਹਾਂ ਨਾ ਇਹਨੂੰ ਵੀ ਇਹਨੂੰ ਵੀ ਆਪਣੇ ਬੱਚਿਆਂ ਦਾ ਬਹੁਤ ਗਮ ਲੱਗਿਆ ਹੋਇਆ ਸੀ ਉੱਪਰੋਂ ਫਿਜ਼ੀਕਲੀ ਵੀ ਠੀਕ ਨਹੀਂ ਸੀਗੀ ਬਿਲਕੁਲ ਮਾਂ ਤੇ ਮਾਂ ਹੀ ਹੈ ਮਾਂ ਤੇ ਮਾਂ ਹੀ ਹੈ ਤੇ ਬਹੁਤ ਹੀ ਔਰ ਜਦੋਂ ਮੈਂ ਜਦੋਂ ਇਹਨੂੰ ਰੈਸਕਿਊ ਕੀਤਾ ਤੇ ਮੈਨੂੰ ਹਾਲੇ ਵੀ ਯਾਦ ਹੈ ਮੈਨੀ ਪੀਪਲ ਦੇ ਐਡਵਾਈਜ਼ਡ ਮੀ ਕਿ ਨੀਦੀ ਵੀ ਕੇਅਰਫੁਲ ਥਿਸ ਡੌਗ ਇਜ਼ ਨਾਟ ਯੂ ਨੋ ਗੁੱਡ ਨਾ ਦਿੱਤਾ ਆ ਆ ਖਬਰ ਹੈਗੀ ਹੈ ਲਿੰਕ ਪੜ ਰਿਹਾ ਇੱਥੇ ਇਦਾਂ ਕ ਇਹ ਤਾਂ ਤੈਨੂੰ ਵੀ ਕੱਟ ਲੂਗੀ ਪਤਾ ਨਹੀਂ ਲੱਗੂਗਾ ਬਟ ਬਲੀਵ ਮੀ ਐਨੇ ਕਦੀ ਮੈਨੂੰ ਬਹੁਤ ਅਕ ਨਹੀਂ ਕੀਤਾ ਸ਼ੀ ਇਜ਼ ਸੋ ਨਾਈਸ ਬਟ ਹਾਂ ਹੁਣ ਜਿੱਦਾਂ ਕੋਈ ਨਾ ਕੋਈ ਅਬਿਊਜ਼ ਲਾਈਕ ਮੈਪੀ ਆਲਵੇਜ਼ ਯੂ نو ਕਨਸਰਨ ਵਿਦ ਮੀ ਕੌਣ ਆ ਰਿਹਾ ਹੈ ਕੌਣ ਮਤਲਬ ਸ਼ੀ ਇਜ਼ ਫਾਈਨ ਮੈਂ ਇੰਨਾ ਜ਼ਿਆਦਾ ਅਟੈਚ ਜਾ ਮੇਰੇ ਨਾਲ ਸੋ ਇੱਕ ਮਤਲਬ ਜਿਹੜੀ ਇੱਕ ਪਰਸੈਪਸ਼ਨ ਸੀ ਨਾ ਲੋਕਾਂ ਦੇ ਮਾਈਂਡ ਚ ਜਾਂ ਮੇਰੇ ਆਸ-ਪਾਸ ਦੇ ਜਿਹੜੇ ਸਪੈਸ਼ਲੀ ਮੈਨੂੰ ਡਰਾ ਰਹੇ ਸੀਗੇ ਤੇ ਉਹ ਉਹਨਾਂ ਦੇ ਇਵਨ ਉਹਨਾਂ ਦੀ ਵੀ ਲਰਨਿੰਗ ਹੋਈ ਹੈ ਕਿ ਬਹੁਤ ਹੀ ਪਿਆਰੀ ਬਹੁਤ ਹੀ ਪਿਆਰੀ ਫੇਸ ਦੇਖਦੇ ਪਏਗਾ ਦੇਖੋ ਨੂੰ ਬਹੁਤ ਘਾਤਕ ਹੈ ਜਿਹੜਾ ਅਸੀਂ ਕਹਿ ਸਕਦੇ ਕਿ ਕੁੱਤਾ ਲੱਗਦਾ ਪਰ ਜਿੰਨੇ ਪਿਆਰ ਦੇ ਨਾਲ ਜਿੰਨੇ ਸ਼ਾਂਤੀ ਦੇ ਨਾਲ ਤੁਹਾਡੇ ਅਗੋਦ ਵਿੱਚ ਬੈਠੇ ਆ ਤਾਂ ਅਸੀਂ ਇਹ ਕਿਸ ਤਰ੍ਹਾਂ ਅਸੀਂ ਇਹੋ ਕੰਮ ਕਵਾਂਗੇ ਕਿ ਇਹਦੀ ਦੇਖਭਾਲ ਕੀਤੀ ਗਈ ਹੈ ਜਾਂ ਫਿਰ ਇਸ ਤਰੀਕੇ ਦਾ ਐਸਾ ਹੈ ਬਹੁਤ ساری ਜਾਣਕਾਰੀਆਂ ਹੁੰਦੀਆਂ ਨਾ YouTube ਦੇ ਵਿੱਚ ਅੱਜਕੱਲ ਬਹੁਤ ਕੁਝ ਮਿਲਦਾ ਹੈ ਸੋਸ਼ਲ ਮੀਡੀਆ 'ਚ ਬਹੁਤ ਕੁਝ ਮਿਲ ਰਿਹਾ ਹੈ ਜਦੋਂ ਮੈਨੂੰ ਲੋਕਾਂ ਨੇ ਡਰਾਇਆ ਸੀ ਕਿ ਐ ਨਹੀਂ ਤੇ ਤੈਨੂੰ ਅਟੈਕ ਕਰ ਦੇਣਾ ਇਹਨੇ ਤੈਨੂੰ ਪਤਾ ਵੀ ਨਹੀਂ ਲੱਗਣਾ ਮੈਂ ਕਿਹਾ ਓਕੇ ਮੈਂ ਵੀ ਕਾਫੀ ਲਰਨ ਕੀਤਾ ਸਟੱਡੀ ਕੀਤੀ ਆਪਣੀ 셀ਫ ਸਟੱਡੀ ਕੀਤੀ ਤੇ ਮੈਂ ਦੇਖਿਆ ਕਿ ਇ ਲੈਕ ਕਹਿੰਦਾ ਜੋ ਵਾਈਲਡ ਜੀ ਨੂੰ ਕਿਹਾ ਜਾਂਦਾ ਨਾ ਇਹ ਇੱਕ ਤਾਂ ਇਹ ਇੱਕ ਰਿਜੈਕਟਡ ਹੈਗੀ ਹੈ ਇਹਨੂੰ ਬਰੀਡਰਸ ਨੇ ਇਹਨੂੰ ਫਾਈਟਰਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਯੂਜ਼ ਕੀਤਾ ਹੋਵੇਗਾ ਫਾਈਟਿੰਗ ਵਾਸਤੇ ਮੇਬੀ ਇਹਦੀ ਹਾਲਤ ਇੰਨੀ ਬੁਰੀ ਸੀ ਇਹ ਫਾਈਟ ਤੋਂ ਹਾਰ ਗਈ ਕਿਤੇ ਨਾ ਕਿਤੇ ਠੀਕ ਹੈ ਤੇ ਉਹ ਉਹਨਾਂ ਨੇ ਇਹਨੂੰ ਛੱਡ ਦਿੱਤਾ ਇਹ ਰਿਜੈਕਟਡ ਹੁੰਦੇ ਐਕਚੁਅਲੀ ਤੇ ਇਸਨੇ ਕਹਿੰਦਾ ਮਤਲਬ ਕਿ ਫਾਇਦਾ ਚੋਕਦੇ ਨੇ ਲੋਕ ਸਿਰਫ ਜਦੋਂ ਤੱਕ ਸਾਡਾ ਫਾਇਦਾ ਚ ਆਇਆ ਦੇਈ ਜਾਂਦੇ ਸਾਨੂੰ ਉਸ ਤੋਂ ਉਦੋਂ ਤੱਕ ਸਾਡੇ ਕੋਲ ਨਹੀਂ ਨਹੀਂ ਤਾਂ ਰੁੱਲਣ ਵਾਸਤੇ ਸੜਕਾਂ ਬਿਲਕੁਲ ਔਰ ਇਹ ਫਿਰ ਜਦੋਂ ਬੱਚਾ ਮੇਰੇ ਕੋਲ ਆਇਆ ਲਾਈਕ ਫਿਰ ਇੱਕ ਮੀਰੀ ਪਰਸੈਪਸ਼ਨ ਵੀ ਜਿੱਦਾਂ ਲੋਕਾਂ ਨੇ ਮੈਨੂੰ ਡਰਾ ਦਿੱਤਾ ਸੀ ਕਿ ਇਹਨੇ ਤੈਨੂੰ ਅਟੈਕ ਕਰ ਦੇਣਾ ਪਰ ਇਹ ਤਾਂ ਇੰਨੀ ਇੰਨਾ ਕਿ ਕਿਊਟ ਬੱਚਾ ਹੈ ਮੈਨੂੰ ਹਾਲੇ ਵੀ ਯਾਦ ਹੈ ਕਿ ਮੈਂ ਡੌਗ ਰੈਸਕਿਊ ਕੀਤਾ ਪਪੀ ਰੈਸਕਿਊ ਕੀਤਾ ਸੀ ਤੇ ਉਹਦੀ ਮੰਮਾ ਬਣ ਗਈ ਸੀ ਕੋਈ ਵੀ ਅਸੀਂ ਪਪੀ ਲੈ ਕੇ ਆਨੇ ਲਾਈਕਾ ਮੰਮਾ ਬਣ ਜਾਂਦੀ ਹੈ ਤੇ ਇੰਨਾ ਪਿਆਰਾ ਖੇਲਦੀ ਆ ਉਹਦੇ ਨਾਲ ਮੇ ਕੋਲੇ ਵੀ ਬੀਟੀ ਦੀ ਸੱਟ ਲੱਗੀ ਸੀ ਜਦੋਂ ਤੁਹਾਨੂੰ ਇਹ ਇਹਦਾ ਪੂਰਾ ਕੰਨ ਗਲਿਆ ਹੋਇਆ ਸੀ ਤੇ ਮੈਂ ਡਾਕਟਰ ਕਲਸੀਕਲ ਗਏ ਸੀ ਅਸੀਂ ਨੂੰ ਲੈ ਕੇ ਤੇ ਪ੍ਰੋਪਰਲੀ ਇਹਦਾ ਇਸ ਤਰ੍ਹਾਂ ਸੀਗਾ ਕਿ ਈਵਨ ਡਾਕਟਰ ਕਹਿ ਦਿੱਤਾ ਸੀ ਕਿ ਇਹ ਇਹਦਾ ਸ਼ਾਇਦ ਇਹ ਪੋਰਸ਼ਨ ਸਾਰਾ ਹੀ ਕੱਟਣਾ ਪਏਗਾ ਤੇ ਮਤਲਬ ਬਹੁਤ ਹੀ ਜ਼ਿਆਦਾ ਅਸੀਂ ਉਦੋਂ ਡਰ ਗਏ ਸੀ ਕਿ ਪਤਾ ਨਹੀਂ ਇਹਨੇ ਸੇਵ ਹੋਣਾ ਵੀ ਕਿ ਨਹੀਂ ਹੋਣਾ ਇਹਦੇ ਬਲੱਡ ਸੈਲਸ ਬਹੁਤ ਘੱਟ ਸੀਗੇ ਬਹੁਤ ਹਾਰਡਲੀ ਸੀਗਾ ਕਿ ਇਹਨੇ ਬਚ ਵੀ ਸਕਣਾ ਕਿ ਨਹੀਂ ਵਨ ਅੱਜ ਜਿਹੜਾ ਨੀਲ ਹੈ ਤੁਸੀਂ ਦੇਖ ਸਕਦੇ ਹੋ ਕਿ ਨੀਲ ਹੀ ਨਹੀਂ ਹੈਗਾ ਇਹ ਪ੍ਰੋਪ ਇਹ ਪ੍ਰੋਪਰਲੀ ਤੇ ਬਹੁਤ ਜ਼ਿਆਦਾ ਇਹ ਚਾਈ ਦੇ ਬਹੁਤ ਹੀ ਪੇਨ ਸੀ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਹਮ ਬਲਕਿ ਇਹ ਨੋ ਵੀ ਕਟਿਆ ਪਿਆ ਸੀ ਅਲਟਕਦਾ ਪਿਆ ਸੀ ਕੰਨ ਵੀ ਬਿਲਕੁਲ ਅਸੀਂ ਕਹਿ ਸਕਦੇ ਕਿ ਮਰਨ ਦੀ ਹਾਲਤ ਤੱਕ ਸੀ ਅੱਧੇ ਪ੍ਰਾਨ ਰਹਿ ਗਏ ਸੀ ਸ਼ੀ ਕੁਡ ਨਾਟ ਸਰਵਾਈਵ ਇਹਨੂੰ ਜੇ ਟਾਈਮ 'ਚ ਰੈਸਕਿਊ ਨਹੀਂ ਕੀਤਾ ਜਾਂਦਾ ਤੇ ਇਹ ਸਰਵਾਈਵ ਹੀ ਨਹੀਂ ਕਰ ਸਕਦੀ ਸੀ ਹਮ ਹਮ ਬੜੀ ਸ਼ਰਮ ਦੀ ਗੱਲ ਅਸੀਂ ਕਵਾਂਗੇ ਉਹਨਾਂ ਲੋਕਾਂ ਵਾਸਤੇ ਜਿਹੜੇ ਸਿਰਫ ਤੇ ਸਿਰਫ ਜਾਨਵਰ ਕੋਲੋਂ ਫਾਇਦਾ ਲੈਂਦੇ ਆ ਜਾਨਵਰ ਕੁਝ ਬੋਲ ਨਹੀਂ ਸਕਦੇ ਪਰ ਜਾਨਾਂ ਇਹਨਾਂ ਦੇ ਵਿੱਚ ਵੀ ਹੁੰਦੀਆਂ ਨੇ ਮਾਂ 2 ਸਾਲ ਦੀ ਇਹਦੀ ਉਮਰ ਹੈ 2 ਸਾਲ ਦੀ ਉਮਰ ਹੋ ਗਈ ਇਹਦੀ ਤਾਂ 2 ਸਾਲ ਦੀ ਉਮਰ ਹੈ ਤਾਂ 5 ਬੱਚੇ ਕਿਹਾ ਜਾਂਦੇ ਕਿ 4 ਕੇ 5 ਬੱਚੇ ਦੇ ਹੈਗੇ ਸੀ ਤੇ ਬੱਚੇ ਤੱਕ ਇਹਦੇ ਵੇਚ ਦਿੱਤੇ ਗਏ ਤਾਂ ਉਸ ਤੋਂ ਬਾਅਦ ਸੜਕ ਉੱਤੇ ਛੱਡ ਦਿੱਤਾ ਗਿਆ ਜਦੋਂ ਬਿਲਕੁਲ ਕੰਡਮ ਕਵਾਂਗੇ ਜਿਸ ਤਰ੍ਹਾਂ ਘਰ ਦਾ ਕੋਈ ਸਮਾਨ ਹੁੰਦਾ ਉਹ ਕੰਡਮ ਹੋ ਜਾਂਦਾ ਤੇ ਬੰਦਾ ਕਬਾੜੀਆਂ ਨੂੰ ਵੇਚ ਦਿੰਦਾ ਉਸੇ ਤਰੀਕੇ ਦੇ ਨਾਲ ਇਸ ਜਾਨਵਰ ਦੇ ਨਾਲ ਵੀ ਕੀਤਾ ਗਿਆ ਤਾਂ ਮੈਮ ਸਨੇਹਾ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਲੋਕ ਜਿਹੜੇ ਨੇ ਗੱਡੀ ਦੇ ਥੱਲੇ ਕੋਈ ਕੁੱਤਾ ਆ ਜਾਂਦਾ ਨਾ ਤੇ ਪਿੱਛੇ ਮੁੜ ਕੇ ਵੀ ਨਹੀਂ ਦੇਖਦੇ ਤਾਂ ਉਹਨਾਂ ਲੋਕਾਂ ਨੂੰ ਅਸੀਂ ਕੀ ਸਿਨਿਆ ਦੇ ਦੇਖੋ ਜਿਹੜੇ ਲੋਕ ਤਾਂ ਪਿੱਛੇ ਮੁੜ ਕੇ ਵੀ ਨਹੀਂ ਦੇਖਦੇ ਉਹਨਾਂ ਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੇ ਜਿਸ ਸਮਾਜ 'ਚ ਅਸੀਂ ਰਹਿੰਦੇ ਆਂ ਜਾਂ ਜਿਹੜੇ ਕਲਚਰ 'ਚ ਅਸੀਂ ਪਲੇ ਆ ਉਹਦੇ ਅਕੋਰਡਿੰਗਲੀ ਕਰਮਾਸ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਕਿ ਬੇਟਾ ਅ ਅੱਛੇ ਕਰਮ ਕਰਨੇ ਕਿਉਂਕਿ ਪਰਮਾਤਮਾ ਦੇਖ ਰਿਹਾ ਹੈ ਲੇਕਿਨ ਅਸੀਂ ਵੱਡਿਆਂ ਕੋ ਕਿੰਨਾ ਕਿਤੇ ਭੁੱਲ ਜੰਨੇ ਕਿ ਪਰਮਾਤਮਾ ਸਾਨੂੰ ਦੇਖ ਰਿਹਾ ਹੈ ਪਰਮਾਤਮਾ ਸਾਨੂੰ ਦੇਖ ਰਿਹਾ ਹੈ ਸਾਡੇ ਕਰਮ ਲਿਖੇ ਜਾ ਰਹੇ ਬਾਕੀ ਰਹੀ ਗੱਲ ਲਾਈਕ ਨੂੰ ਰੈਸਕਿਊ ਕਰਨ ਦੀ ਅਸੀਂ ਹੁਣ ਇਸ ਚ ਐਬਸੋਲੂਟਲੀ ਫਾਈਨ ਔਰ ਅਸੀਂ ਲੱਭ ਰਹੇ ਹਾਂ ਕਿ ਸਾਨੂੰ ਐਸੀ ਹੀ ਲਵਿੰਗ ਫੈਮਿਲੀ ਮਿਲੇ ਜੋ ਇਹਨੂੰ ਇੱਕ ਬੱਚਿਆਂ ਵਾਂਗ ਪਿਆਰ ਕਰੇ ਔਰ ਜੋ ਇਸ ਸੀਟ ਦੀ ਹੈ ਕਿਉਂਕਿ ਲੋਕਾਂ ਦੇ ਮਾਈਂਡ 'ਚ ਇੱਕ ਨੈਗੇਟਿਵ ਪਰਸੈਪਸ਼ਨ ਬਿਲਕੁਲ ਫ੍ਰੀ ਦੇ ਦੋਗੇ ਇਸ ਤਰ੍ਹਾਂ ਬਿਲਕੁਲ ਫ੍ਰੀ ਬਿਲਕੁਲ ਸਾਡੀ ਸੇਵਾ ਹੈ ਸੀ ਕੋਈ ਕਿਸੇ ਤੋਂ ਕੁਝ ਲੈਣਾ ਨਹੀਂ ਹੈ ਵੈਸੇ ਜੇ ਵੈਸੇ ਜੇ ਦੇਖਿਆ ਜਾਵੇ ਤਾਂ ਜੇ ਇਹਦੇ ਬੱਚੇ ਵੀ ਰੱਖੇ ਹੋਣ ਕਿਸੇ ਨੇ ਤਾਂ ਉਹ ਕਿੰਨੇ ਕਿੰਨੇ ਦਾ ਬਣਾਣੇ ਦੇਖੋ ਐਸਾ ਹੈ 20000 ਤੋਂ ਤਾਂ ਸਟਾਰਟਿੰਗ ਹੈ ਹੀ 40000 ਤੱਕ ਵੀ ਵਿਕਦਾ ਹੈ ਇਸ ਹਿਸਾਬ ਨਾਲ ਜੇ ਇਹ ਪਲੀ ਪਲਾਈ ਹੈ ਤਾਂ ਘੱਟ ਤੋਂ ਘੱਟ ਲੱਖ ਤੋਂ ਉੱਪਰ ਇਹਦੀ ਕੀਮਤ ਹੋਏਗੀ ਘੱਟ ਤੋਂ ਬਿਲਕੁਲ ਬਿਲਕੁਲ ਹੋ ਸਕਦੀ ਹੁਣ ਇਹ ਤਾਂ ਬਰੀਡਰਸ ਨੂੰ ਜ਼ਿਆਦਾ ਪਤਾ ਹੈ ਬਟ ਯੈਸ 40000 ਤੋਂ above ਹੀ ਹੈ ਇਹਦਾ ਜੇ ਅਸੀਂ ਵੈਲਿਊ ਲਗਾਈਏ ਬਾਕੀ ਸਾਡੇ ਲਈ ਇਹ ਪ੍ਰਾਈਸਲੈਸ ਹੈ ਸਾਡਾ ਪਿਆਰ ਤੋ ਬਹੁਤ ਅਸੀਂ ਇਹ ਕਹਿ ਸਕਦੇ ਕਿ ਇਹ ਜਿਹੜਾ ਡੌਗ ਤੁਸੀਂ ਦੇਖ ਰਹੇ ਜਿਹਨੂੰ ਇਹਨੂੰ ਕਦੀ ਸੜਕ ਦੇ ਉੱਤੇ ਸੁੱਟ ਦਿੱਤਾ ਸੀ ਤਾਂ ਅੱਜ ਇਹਨਾਂ ਮੈਨੀਦੀ ਮੈਡਮ ਵੱਲੋਂ ਜਿਨ੍ਹਾਂ ਵੱਲੋਂ ਜਾਣਕਾਰੀ ਸਾਰੀ ਦਿੱਤੀ ਗਈ ਹੈ ਇਹਨਾਂ ਵੱਲੋਂ ਇਸ ਨੂੰ ਪਾਲਿਆ ਗਿਆ ਸਹੀ ਤਰੀਕੇ ਦੇ ਨਾਲ ਇਹਦਾ ਟ੍ਰੀਟਮੈਂਟ ਕਰਵਾਇਆ ਗਿਆ ਕਿਹਾ ਜਾ ਰਿਹਾ ਕਿ ਸਿਰ ਵੀ ਗਲਿਆ ਸੀ ਤਾਂ ਪੈਰ ਦਾ ਨੋ ਵੀ ਜਿਹੜਾ ਸੀ ਉਹ ਲਟਕਦਾ ਪਿਆ ਸੀ ਜਦੋਂ ਇਸ ਹਾਲਾਤਾਂ ਵਿੱਚ ਇਹ ਡੌਗ ਇਹਨਾਂ ਨੂੰ ਮਿਲਿਆ ਸੀ ਤਾਂ ਕਿਸ ਤਰ੍ਹਾਂ ਦੇ ਉਹ ਹਾਲਾਤ ਹੋਣਗੇ ਉਹ ਦੇਖਣ ਵਾਲੀ ਗੱਲ ਆ ਪਰ ਸ਼ਰਮ ਦੀ ਗੱਲ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਲੋਕ ਕਿਤਨਾ ਕਿਤੇ ਸਿਰਫ ਆਪਣਾ ਫਾਇਦਾ ਦੇਖਦੇ ਨੇ ਵੀ ਸਾਡਾ ਫਾਇਦਾ ਹੋਣਾ ਚਾਹੀਦਾ ਜਾਨਵਰ ਮਰਦਾ ਹੈ ਤਾਂ ਮਰੇ ਜਾਵੇ ਤਾਂ ਅੱਜ ਕੱਲ ਦੇ ਨਾਰਮਲ ਹੋ ਚੁੱਕਿਆ ਕਿਉਂਕਿ ਕਾਲ ਯੁਗ ਚੱਲਦਾ ਪਿਆ ਤਾਂ ਲੋਕ ਬੰਦੇ ਦੀ ਵੀ ਕੇਅਰ ਨਹੀਂ ਕਰਦੇ ਜੇ ਬੰਦੇ ਨੂੰ ਵੀ ਗੱਡੀ ਵੱਜ ਜਾਂਦੀ ਆ ਤਾਂ ਪਿੱਛਾ ਮੁੜ ਕੇ ਨਹੀਂ ਦੇਖਦੇ ਤਾਂ ਹੁਣ ਦੇਖਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਹੋਣਗੇ ਲੋਕਾਂ ਨੂੰ ਸੇਤ ਮਿਲਦੀ ਆ ਇਹ ਖਬਰ ਦੇਖਣ ਤੋਂ ਬਾਅਦ ਜਾਂ ਫਿਰ ਇਸੇ ਤਰੀਕੇ ਦੇ ਦੋਸਤੋ ਅਕਸ